ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਕਰਾਂਗੇ ਕਲਾਸ 3rd ਪਾਰਟ 19ਵਾਂ ਡਿਜੀਟਲ ਉਪਕਰਨ ਈਵੀਐਸ ਦੀ ਵਰਕਸ਼ੀਟ ਸੋ ਸਟਾਰਟ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਡਿਜੀਟਲ ਉਪਕਰਨ ਕਿਹੜੇ ਹਨ ਫ੍ਰਿਜ ਟੀਵੀ ਰੇਡੀਓ ਜਾਂ ਉਪਰੋਕਤ ਸਾਰੇ ਉਪਰੋਕਤ ਸਾਰੇ ਹੇਡ ਲਿਖਿਆ ਵਿੱਚ ਕਿਹੜਾ ਉਪਕਰਨ ਮਨੋਰੰਜਨ ਦਾ ਸਾਧਨ ਹੈ ਰੇਡੀਓ ਫ੍ਰਿਜ ਵਾਸ਼ਿੰਗ ਮਸ਼ੀਨ ਕੇ ਪ੍ਰੈਸ ਰੇਡੀਓ ਉਸ ਤੋਂ ਬਾਅਦ ਹੈ ਬੱਚਿਆਂ ਦੇ ਮਨੋਰੰਜਨ ਦਾ ਮਨਪਸੰਦ ਸਾਧਨ ਕਿਹੜਾ ਹੈ ਰੇਡੀਓ ਰਸਾਲੇ ਟੀਵੀ ਕਿ ਅਖਬਾਰ ਟੀਵੀ ਫਰਿੱਜ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਪਾਣੀ ਠੰਡਾ ਕਰਨ ਲਈ ਆਈਸਕ੍ਰੀਮ ਬਣਾਉਣ ਲਈ ਦਵਾਈਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਜਾਂ ਉਪਰੋਕਤ ਸਾਰੇ ਉਪਰੋਕਤ ਸਾਰੇ ਬਿਜਲੀ ਦੇ ਉਪਕਰਨ ਚੂਣਾ ਕਦੋਂ ਖਤਰਨਾਕ ਹੁੰਦਾ ਹੈ ਨੰਗੇ ਪੈਰ ਗਿੱਲੇ ਪੈਰ ਦੋਨੋਂ ਜਾਂ ਕੋਈ ਵੀ ਨਹੀਂ ਦੋਨੋਂ ਪ੍ਰੈਸ ਦੀ ਵਰਤੋਂ ਕਿਸ ਨੂੰ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਮਾਪਿਆਂ ਨੂੰ ਦੋਨਾਂ ਨੂੰ ਜਾਂ ਕੋਈ ਵੀ ਨਹੀਂ ਮਾਪਿਆਂ ਨੂੰ ਅੱਗੇ ਆ ਗਿਆ ਹੇਠ ਲਿਖਿਆ ਵਿੱਚੋਂ ਕਿਹੜੀ ਸਮਾਰਟ ਮਸ਼ੀਨ ਹੈ ਕੰਪਿਊਟਰ ਰੇਡੀਓ ਪ੍ਰੈਸ ਜਾਂ ਕੋਈ ਵੀ ਨਹੀਂ ਕੰਪਿਊਟਰ ਕੰਪਿਊਟਰ ਦੀ ਵਰਤੋਂ ਕਿਸ ਲਈ ਨਹੀਂ ਕੀਤੀ ਜਾਂਦੀ ਗੇਮਾਂ ਖੇਡਣ ਲਈ ਫਿਲਮਾਂ ਦੇਖਣ ਲਈ ਇੰਟਰਨੈਟ ਤੋਂ ਜਾਣਕਾਰੀ ਲੱਭਣ ਲਈ ਤੇ ਖਾਣਾ ਪਕਾਉਣ ਲਈ ਖਾਣਾ ਖਾਣ ਲਈ ਉਹ ਕਿਹੜੀ ਮਸ਼ੀਨ ਹੈ ਜੋ ਮਨੋਰੰਜਨ ਅਤੇ ਕੰਮ ਦੋਹਾਂ ਲਈ ਵਰਤੀ ਜਾਂਦੀ ਹੈ ਕੰਪਿਊਟਰ ਪ੍ਰੈਸ ਰੇਡੀਓ ਅਤੇ ਫਰਿੱਜ ਕੰਪਿਊਟਰ ਇੰਟਰਨੈਟ ਦੀ ਵਰਤੋਂ ਲਈ ਕਿਹੜੀ ਮਸ਼ੀਨ ਲੋੜੀਂਦੀ ਹੈ ਮੋਬਾਈਲ ਫੋਨ ਕੰਪਿਊਟਰ ਦੋਨੋਂ ਜਾਂ ਕਿਸੇ ਨੂੰ ਵੀ ਨਹੀਂ ਸੋ ਦੋਨੋਂ ਨੈਕਸਟ ਹੈ ਕੰਪਿਊਟਰ ਮੋਬਾਈਲ ਫੋਨ ਦੀ ਅਧਿਕ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਲੋਡ ਅਨੁਸਾਰ ਕਰਨੀ ਚਾਹੀਦੀ ਹੈ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਸੋ ਲੋਡ ਅਨੁਸਾਰ ਕਰਨੀ ਚਾਹੀਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਵਸਤੂ ਬਾਕੀਆਂ ਨਾਲੋਂ ਭਿੰਨ ਹੈ ਕੰਪਿਊਟਰ ਪ੍ਰੈਸ ਮੋਬਾਈਲ ਜਾਂ ਰੇਡੀਓ ਸੋ ਪ੍ਰੈਸ ਮੈਂ ਦੇਖੋ ਕੰਪਿਊਟਰ ਮੋਬਾਈਲ ਔਰ ਰੇਡੀਓ ਇਹ ਕਿਨੇ ਸਾਰੇ ਮਨੋਰੰਜਨ ਦੇ ਸਾਧਨ ਨੇ ਪਰ ਪ੍ਰੈਸ ਕੀਆ ਇੱਕ ਇਲੈਕਟ੍ਰੋਨਿਕ ਗੈਜੇਟ ਆ ਕਹਿ ਸਕਦੇ ਆਪਾਂ ਉਹਦੇ ਨਾਲ ਅਸੀਂ ਕੰਮ ਕਰਦੇ ਆਂ ਠੀਕ ਹੈ ਉਹ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ ਸੋ ਆਪਾਂ ਪ੍ਰੈਸ ਟਿੱਕ ਕਰ ਰਹੇ ਆਂ ਸੋ ਇਹ ਸੀ ਕਿ ਅੱਜ ਦੀ ਵੀਡੀਓ ਸੋ ਇਹਦੇ ਇਸੇ ਵੀਡੀਓ ਨਾਲ ਆਪਣੀਆਂ ਕਿਨੇ ਸਾਰੀ ਵਰਕਸ਼ੀਟਸ ਕੰਪਲੀਟ ਹੋ ਗਈਆਂ ਸੋ ਥੈਂਕ ਯੂ ਹੈਵ ਅ ਨਾਈਸ ਡੇ